पंजाबी साहित्य अकादमी की तरफ से पंजाब के अलग अलग शहरों और कस्बों में जाकर पंजाबी भाषा को प्रफुल्लित करने के मंतव और पंजाबी साहित्य से जोड़ने के मकसद से कवि दरबार करवाए जा रहे हैं और इसी के तहत आज बटाला में शिव कुमार बटालवी और अंतर्राष्ट्रीय भाषा दिवस को समर्पित कवि दरबार करवाया गया जिसमें कनाडा के रहने वाले एक नौजवान कवि राजवंत राजा को शिव कुमार बटालवी अवार्ड से सम्मानित किया गया। सच नेख लवो जी साडे होंगे सच नंदे ਸਨਮਾਨਿਤ ਕੀਤਾ ਜਾ ਰਿਹਾ ਉਹਨਾਂ ਦੇ ਹਰਜੀਤ ਕੌਰ ਸੋਰੋ ਜੀ ਜਿਹੜੇ ਆਪ ਵੀ ਕਵਿਤਰੀ ਦੇ ਬਹੁਤ ਵਧੀਆ ਕਵਿਤਾ ਲਿਖਦੇ ਨਾਲੇ ਗੁਰੂ ਪ੍ਰਧਾਨ ਜੀ ਪਾਰਕ ਪੰਜਾਬੀ ਜਾਗਰਣ ਉਹਨਾਂ ਦੇ ਨਾਲ ਹੀ ਡਾਕਟਰ ਸਤੀਸ਼ਵਰ ਜੀ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਆਖਰ ਦੇ ਵਿੱਚ ਬਖਸ਼ਿਸ਼ ਮੈਂ ਸਰੀ ਕੈਨੇਡਾ ਨਾਲ ਕੈਨੇਡਾ ਨੂੰ ਬਿਲੋਂਗ ਕਰਦਾ ਅਤੇ ਮੈਂ ਪੰਜਾਬੀ ਗਜ਼ਲ ਜਿਹੜੀ ਆ ਪਿਛਲੇ 5 ਕੁ ਸਾਲ ਤੋਂ ਲਿਖ ਰਿਹਾ ਅਤੇ 2 ਕਿਤਾਬਾਂ ਮੇਰੀਆਂ ਆਈਆਂ ਅਤੇ ਅੱਜ ਪੰਜਾਬ ਸਾਹਿਤ ਅਕੈਡਮੀ ਬਟਾਲਾ ਅਤੇ ਇੰਟਰਨੈਸ਼ਨਲ ਕਵਿਤਰੀ ਸੰਗਠਨ ਵਾਲਿਆਂ ਨੇ ਮੈਨੂੰ ਇਹ ਅਵਾਰਡ ਜਿਹੜਾ ਸ਼ਿਵ ਕੁਮਾਰ ਬਟਾਲਵੀ ਅਵਾਰਡ ਜਿਹੜਾ ਉਹਦੇ ਨਾਲ ਸਨਮਾਨਿਤ ਕੀਤਾ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੇਰਾ ਸਨਮਾਨ ਕੀਤਾ ਅਤੇ ਮੇਰੀਆਂ ਜਿਹੜੀਆਂ ਰਚਨਾਵਾਂ ਆ ਉਹਨਾਂ ਨੂੰ ਇਹਨਾਂ ਨੇ ਸਰਾਹਿਆ ਜਾਂ ਉਹਨਾਂ ਨੂੰ ਇੱਜ਼ਤ ਮਾਣ ਬਖਸ਼ਿਆ ਅਤੇ ਬਹੁਤ ਧੰਨਵਾਦ ਮੈਂ ਕਰਦਾ ਇਹਨਾਂ ਦਾ। ਅੱਜ ਅਸੀਂ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਸਮਾਰੋਹ ਬਟਾਲੇ ਦੇ ਵਿੱਚ ਆਯੋਜਿਤ ਕੀਤਾ ਹੈ ਪੰਜਾਬ ਸਾਹਿਤ ਅਕੈਡਮੀ ਵੱਲੋਂ ਔਰ ਇਹਦਾ ਪ੍ਰਯੋਜਨ ਇਹੀ ਆ ਕਿ ਸਾਹਿਤ ਅਕੈਡਮੀ ਦੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਚੰਡੀਗੜ੍ਹ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ 'ਚ ਜਾ ਕੇ ਪ੍ਰੋਗਰਾਮ ਜਿਹੜੇ ਨੇ ਉਹ ਕੀਤੇ ਜਾਣਗੇ। ਸੋ ਪੰਜਾਬ ਸਾਹਿਤ ਅਕੈਡਮੀ ਦਾ ਜਿਹੜਾ ਘੇਰਾ ਹੈ ਉਹਨੂੰ ਵਸੀ ਕਰਨ ਦੀ ਖਾਤਰ ਔਰ ਸ਼ਿਵ ਕੁਮਾਰ ਜਿਹੜਾ ਸਾਡੀ ਵਿਰਾਸਤ ਹੈ ਜੋ ਸਾਹਿਤ ਨੂੰ ਉਹਦੀ ਦੇਣ ਹੈ ਉਸ ਦੇਣ ਨੂੰ ਯਾਦ ਕਰਦਿਆਂ ਔਰ ਨਵੇਂ ਜਿਹੜੇ ਨੌਜਵਾਨ ਸਾਡੇ ਬੱਚੇ ਨੇ ਉਹਨਾਂ ਨੂੰ ਸਾਹਿਤ ਸੱਭਿਆਚਾਰ ਅਤੇ ਭਾਸ਼ਾ ਨਾਲ ਜੋੜਨ ਦੇ ਲਈ ਇਹ ਪ੍ਰੋਗਰਾਮ ਜਿਹੜਾ ਹੈ ਅੱਜ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਜਿਹੜੀ ਗੱਲ ਵਧੀਆ ਹੈ ਉਹ ਇਹ ਹੈ ਕਿ ਅਸੀਂ ਇਹਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਨੂੰ ਸਮਰਪਿਤ ਕੀਤਾ ਆ। ਬੱਚਿਆਂ ਨੂੰ ਭਾਸ਼ਾ ਦੇ ਨਾਲ ਲਗਾਵ ਹੋਵੇ, ਪੰਜਾਬੀ ਪੜ੍ਹੀ ਜਾਵੇ, ਲਿਖੀ ਜਾਵੇ, ਇੱਥੋਂ ਤੱਕ ਕਿ ਇਕੱਲੀ ਪੜ੍ਹੀ ਲਿਖੀ ਨਾ ਜਾਵੇ, ਇਹਦੇ ਉਚਾਰਨ ਵੱਲ ਵੀ ਧਿਆਨ ਦਿੱਤਾ ਜਾਵੇ ਔਰ ਸ਼ਬਦਾਂ ਦੇ ਸੰਕਲਪ ਜਿਹੜੇ ਨੇ ਉਹ ਵੀ ਬੱਚਿਆਂ ਨੂੰ ਦੱਸੇ ਜਾਣ। ਰਾਜਵੰਤ ਰਾਜ ਜਿਹੜੇ ਨੇ ਉਹ ਕੈਨੇਡਾ ਰਹਿੰਦੇ ਨੇ ਅਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਗਜ਼ਲਾਂ ਨੇ ਉਹ ਲਿਖੀਆਂ ਨੇ ਔਰ ਉਹ ਗਜ਼ਲਾਂ ਬਹੁਤ ਹੀ ਸਮਰੱਥ ਨੇ, ਸਮਰਿੱਧ ਨੇ ਔਰ ਅੱਜ ਦੇ ਜ਼ਮਾਨੇ ਦੇ ਵਿੱਚ ਉਹਨਾਂ ਦੀ ਜਿਹੜਾ ਹੈ ਉਹਦੇ ਸਰੋਕਾਰ ਨੇ, ਸਮਾਜਿਕ ਸਰੋਕਾਰਾਂ ਦੀ ਵੀ ਗੱਲ ਉਹ ਕਰਦੇ ਆ। ਸੋ ਇਸ ਦੇ ਤਹਿਤ ਅਸੀਂ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਹੈ, ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਜਿਹੜਾ ਉਹਨਾਂ ਨੂੰ ਸਨਮਾਨ ਜਿਹੜਾ ਹੈ ਉਹ ਅੱਜ ਦਿੱਤਾ ਗਿਆ।